ਸਾਨੂੰ ਦੇਖ ਰਹੇ ਨੇ। ਵੈਸੇ ਨਾ ਹਰ ਪਾਸੇ ਕਹਿ ਰਹੇ ਆ ਕਰੋਨਾ ਵਾਇਰਸ ਇਜ਼ ਦੇਅਰ ਤੇ ਹੋਲੀ ਸੈਲੀਬ੍ਰੇਟ ਨਾ ਕੀਤੀ ਜਾਵੇ, ਕਰਾਊਡਿੰਗ ਪਲੇਸਿਸ ਵਿੱਚ ਨਾ ਜਾਇਆ ਜਾਵੇ। ਬਟ ਐਜ਼ ਯੂ ਕੈਨ ਸੀ ਬਿਹਾਈਂਡ ਮੀ, ਆਈ ਵਾਂਟ ਕਿ ਕੈਮਰਾ ਪਰਸਨ ਆ ਕੇ ਜੋ ਹੈ ਸ਼ਾਰਟਸ ਦਿਖਾਵੇ ਲੋਕਾਂ ਨੂੰ ਕਿ ਬੱਚਿਆਂ 'ਤੇ ਨਾ ਕਰੋਨਾ ਵਾਇਰਸ ਦਾ ਕੋਈ ਅਸਰ ਨਹੀਂ ਆ। ਦੇ ਆਰ ਸੈਲੀਬ੍ਰੇਟਿੰਗ ਹੋਲੀ, ਦੇ ਆਰ ਵੈਰੀ ਗਲੈਡ। ਐਕਸਕਿਊਜ਼ ਮੀ, ਹੈਪੀ ਹੋਲੀ, ਹੈਪੀ ਹੋਲੀ, ਹੈਪੀ, ਹਾਊ ਆਰ ਯੂ ਆਲ? ਫਾਈਨ। ਉਹ ਮੈਂ ਤੁਹਾਨੂੰ ਦੇਖ ਕੇ ਲੱਗ ਰਿਹਾ ਸਾਰੇ ਯੂ ਪੀਪਲ ਆਰ ਸੋ ਐਕਸਾਈਟਡ। ਹੋਰ ਕਿਵੇਂ ਮਨਾ ਰਹੇ ਹੋ? ਬਹੁਤ ਮਜ਼ਾ ਆ ਰਿਹਾ ਹੈ ਹਮ ਲੋਗ। ਹਾਂ, ਡੀਜੇ ਕੀ ਕਮੀ ਹੈ ਥੋੜੀ, ਡੀਜੇ ਕੀ ਕਮੀ, ਡੀਜੇ ਹੋ ਜਾਤਾ ਤੋ ਬਹੁਤ ਅੱਛਾ ਹੋਤਾ। ਆਪਣਾ ਛੋਟਾ ਸਾ ਸਪੀਕਰ ਲਾਇਆ, ਡੀਜੇ ਕੀ ਕਮੀ ਪੂਰੀ ਕਰ ਰਿਹਾ ਹੈ। ਓਕੇ ਓਕੇ, ਇਹ ਐਜੂਕੇਸ਼ਨ ਇੰਸਟੀਟਿਊਟ ਆ ਤੇ ਤੁਸੀਂ ਸਾਰੇ ਪੰਜਾਬ ਤੋਂ ਹੀ ਹੋ, ਇੱਥੋਂ ਦੇ ਹੀ ਹੋ? ਕੋਈ ਗਾਣਾ ਹੀ ਗਾ ਦੋ, ਹੋਲੀ ਦਾ ਮੌਕਾ ਹੈ, ਸਾਰੇ ਤੁਹਾਨੂੰ ਦੇਖ ਰਹੇ ਨੇ। ਐਜ਼ ਯੂ ਹੈਵ ਸੀਨ, ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਬਹੁਤ ਫਨ ਕਰ ਰਹੇ ਆ। ਸੋ ਤੁਸੀਂ ਦੇਖ ਸਕਦੇ ਹੋ, ਆਈ ਵਿਨ ਦ ਸਰਕਲ ਐਂਡ ਦੇ ਆਰ ਇੰਜੋਇੰਗ। ਨੋ ਕਰੋਨਾ ਵਾਇਰਸ, ਨੋ ਕਲਚਰ ਬਾਉਂਡਰੀਜ਼, ਦੇ ਆਰ ਹੈਵਿੰਗ ਫਨ, ਦੇ ਆਲ ਆਰ ਫਰੋਮ ਹਿਮਾਚਲ। ਤੁਸੀਂ ਦੇਖ ਸਕਦੇ ਹੋ ਕਿ ਉਹ ਕਿੰਨਾ ਜ਼ਿਆਦਾ ਇੰਜੋਏ ਕਰ ਰਹੇ ਆ, ਹੱਥ ਫੜ ਕੇ ਇੰਜੋਏ ਕਰ ਰਹੇ ਆ। ਅਤੇ ਕਰੋਨਾ ਵਾਇਰਸ ਦੀ ਜੋ ਹੈ ਸਪੈਸ਼ਲ ਇੰਸਟਰਕਸ਼ਨਸ ਹੈ, ਕਰਾਊਡੀ ਪਲੇਸਿਸ ਵਿੱਚ ਨਾ ਜਾਇਆ ਜਾਵੇ ਅਤੇ ਹੱਥ ਫੜਨਾ ਬਿਲਕੁਲ ਬੈਨ ਆ। ਬਟ ਐਜ਼ ਯੂ ਕੈਨ ਸੀ, ਇਹਨਾਂ 'ਤੇ ਉਸ ਚੀਜ਼ ਦਾ ਕੋਈ ਵੀ ਅਸਰ ਨਹੀਂ ਆ। ਦੇ ਆਰ ਪਲੇਇੰਗ ਹੋਲੀ। ਮੈਂ ਕੈਮਰਾ ਪਰਸਨ ਨੂੰ ਚਾਹੂੰਗੀ ਪੈਨ ਕਰਕੇ ਦਿਖਾਇਆ ਜਾਵੇ। So, can I have your attention please? Aapa gal kar sakde ho? Happy Holi! Happy Holi to you! Achha, tusi sare Punjabi ho, please carry on. Punjabi ho, te phir bhi... Haryanvi, Punjabi sare hage. Punjabi. Te phir bhi naati karde ho? Bas ji, ahi rang hunde. Ma'am, pyar hona chahiye hai, Punjab, Haryana, Himachal, koi gal nahi hai. Hana? Very nice, very nice. Bahut vaddi gal kahi. ਯਾ ਇਹ ਤਾਂ ਹੋਈ ਰਿਲੀਜਨ ਦੇ ਕੋਈ ਬਾਉਂਡਰੀਜ਼ ਨਹੀਂ ਆ, ਬਟ ਵਾਟ ਅਬਾਊਟ ਕਰੋਨਾ ਵਾਇਰਸ? ਕਰੋਨਾ ਵਾਇਰਸ ਸਵਾਈਨ ਫਲੂ ਸਭ ਆ ਕੇ ਚਲੇ ਗਏ, ਕੁਛ ਨਹੀਂ ਹੁੰਦਾ, ਨਹੀਂ ਆਣੇ ਦੇਗੀ। ਵੈਰੀ ਨਾਈਸ, ਵੈਰੀ ਨਾਈਸ, ਹੈ ਹੀ ਆ ਸਭ ਕੁਝ ਜਾਣਾ ਹੈ, ਇਹ ਤਾਂ ਖੁਸ਼ੀ ਹੋ ਰਹੀ ਹੈ। ਤੁਹਾਨੂੰ ਪਤਾ ਬਹੁਤ ਸਾਰੇ ਵਿਊਅਰਸ ਤੁਹਾਨੂੰ ਦੇਖ ਰਹੇ ਨੇ, ਇੱਕ ਵਾਰ ਹੋਲੀ ਹੋਲੀ ਨੂੰ ਲੈ ਕੇ, ਕਿਉਂਕਿ ਜਿੱਥੇ ਤੁਸੀਂ ਦੇਖ ਰਹੇ ਹੋ ਸਾਰੇ ਪਾਸੇ ਨਾ ਅਲਰਟ ਹੈਗਾ ਕਿ ਕਰੋਨਾ ਵਾਇਰਸ। ਇੱਕ ਦੂਸਰੇ ਪੇ ਹਿਸੋਲੀ ਕਲਰਸ ਨਾ ਲਗਾਏ, ਕਰੋਨਾ ਫੈਲ ਸਕਤਾ ਹੈ, ਹਮਾਰਾ ਕੋਈ ਸੀਨ ਨਹੀਂ ਹੈ, ਹਮ ਘਰ ਮੇ ਐਕਸਟਰਾ ਸੇ ਹੈ ਥੋੜੇ। ਚਲੋ ਅੱਛਾ, ਲੈਟਸ ਡੂ ਵਨ ਥਿੰਗ, ਵੀ ਆਰ ਪੰਜਾਬੀਜ਼ ਹੈ ਨਾ, ਅਸੀਂ ਕਿਸੇ ਵੀ ਯੂ ਨੋ ਬੀਚ ਤੇ ਭੰਗੜਾ ਕਰ ਸਕਦੇ ਹਾਂ। ਨਾਟੀ ਚੱਲ ਰਹੀ ਹੈ, ਮੈਨੂੰ ਭੰਗੜਾ ਕਰਕੇ ਦਿਖਾ ਦਿਓ।
ਹੈਪੀ ਹੋਲੀ, ਹੈਪੀ ਹੋਲੀ। ਸੋ ਵਾਈ, ਹਾਊ ਯੂ ਪੀਪਲ ਆਰ ਸੈਲੀਬ੍ਰੇਟਿੰਗ ਹੋਲੀ? ਆਪ ਦੇਖ ਰਹੇ ਹੋ ਹਮ ਲੋਕ ਕੈਸੇ ਸੈਲੀਬ੍ਰੇਟ ਕਰ ਰਹੇ ਹੈ, ਕੁਛ ਵਹਾਂ ਪਰ ਡਾਂਸ ਕਰ ਰਹੇ ਹੈ, ਕੁਛ ਇੱਕ ਦੂਸਰੇ ਕਲਰ ਲਗਾ ਰਹੇ ਹੈ। ਜੇ ਤੁਹਾਨੂੰ ਪਤਾ ਹੋਵੇ ਤਾਂ ਹਰ ਤਰਫ ਅਲਰਟ ਹੈ ਕਿ ਕਰੋਨਾ ਵਾਇਰਸ ਆ ਅਤੇ ਕਰਾਊਡੀ ਪਲੇਸਿਸ ਤੋਂ ਥੋੜ੍ਹਾ ਜਿਹਾ ਦੂਰ ਰਿਹਾ ਜਾਵੇ, ਅਤੇ ਹੋਲੀ ਦੇ ਵਿੱਚ ਆਫਕੋਰਸ ਵੀ ਟੱਚ ਇੱਕ ਜਦਰ ਆਪਾਂ ਕਲਰਸ ਲਾਉਂਦੇ ਹਾਂ, ਸੋ ਬਹੁਤ ਜ਼ਿਆਦਾ ਡਰ ਹੈ ਅਤੇ ਬਹੁਤ ਜ਼ਿਆਦਾ ਅਲਰਟ ਫੈਲ ਚੁੱਕਿਆ ਹਰ ਪਾਸੇ, ਤੁਸੀਂ ਕੀ ਕਹੋਗੇ? ਨਰਿੰਦਰ ਮੋਦੀ ਨੇ ਵੀ ਕਿਹਾ ਹੋਇਆ, ਲੇਕਿਨ ਮਨਾ ਕੀਆ ਹੋਇਆ ਹੋਲੀ ਖੇਲਣੇ ਕੇ ਲਈ, ਲੇਕਿਨ ਹੋਲੀ ਤੋਂ ਖੁਸ਼ੀ ਕਾ ਤਿਉਹਾਰ ਹੈ, ਤਾਂ ਫਿਰ ਹਰ ਕੋਈ ਚਾਹਤਾ ਕਿ ਸਾਲ ਮੇ ਇੱਕ ਵਾਰ ਆਤਾ ਹੈ ਤੋ ਇਸੇ ਕੈਸੇ ਜਾਣੇ ਦਿਆ ਜਾ ਸਕਦਾ ਹੈ, ਤਾਂ ਸਭ ਲੋਕ ਇੱਕ ਦੂਸਰੇ ਕੇ ਸਾਥ ਇੰਜੋਏ ਕਰ ਰਹੇ ਹੈ। ਥੋੜ੍ਹਾ ਮਤਲਬ ਜੋ ਜ਼ਿਆਦਾ ਕਰਾਊਡੀ ਪਲੇਸ ਪੇ ਜਾਣਾ ਠੀਕ ਨਹੀਂ ਹੈ, ਬਟ ਯਹਾਂ ਪੇ ਤੋ ਸਭੀ ਨੋਨ ਹੈ, ਕਲਾਸਮੇਟਸ ਹੈ, ਤੋ ਕਰ ਸਕਤੇ ਹੈਂ। ਵੈਲ, ਅੱਜ ਕੱਲ੍ਹ ਨਾ ਬਹੁਤ ਜ਼ਿਆਦਾ ਪ੍ਰੋਟੈਸਟ ਹੋ ਰਹੇ ਆ ਹਿੰਦੂਜ਼ ਨੂੰ ਲੈ ਕੇ, ਐਂਡ ਅਸੀਂ ਉੱਥੇ ਲੇਟੈਸਟ ਹੀ ਦੇਖਿਆ, ਹੁਣੀ ਹੁਣੀ ਦੇਖਿਆ ਕਿ ਪੰਜਾਬੀਜ਼ ਨਾਟੀ ਅਤੇ ਭੰਗੜਾ ਪਾ ਰਹੇ, ਤੋ ਚਲੋ ਇਹ ਤਾਂ ਸਟੇਟ ਦਾ ਮਤਲਬ ਸਟੇਟ ਹੀ ਹੈਗੀਆਂ ਨੇ, ਬਟ ਜੇ ਅਸੀਂ ਦੇਸ਼ ਦੀ ਗੱਲ ਕਰੀਏ ਨਾ, ਹਰ ਪਾਸੇ ਹਿੰਦੂ ਮੁਸਲਿਮ ਚੱਲ ਰਿਹਾ ਨਾ, ਕੋਈ ਮਤਲਬ ਕੋਈ ਭਾਈਚਾਰਾ ਨਹੀਂ, ਬਹੁਤ ਸਾਰੇ ਪ੍ਰੋਟੈਸਟ ਹੋ ਰਹੇ ਨੇ, ਬਟ ਫਿਰ ਵੀ ਇੱਕ ਇਹੋ ਜਿਹਾ ਰਿਲੀਜਨ ਆਉਂਦਾ ਕਿ ਲੋਕ ਬਹੁਤ ਮਤਲਬ ਯੂ ਨੋ ਉਸ ਚੀਜ਼ ਨੂੰ ਬਹੁਤ ਹੀ ਸਪਾਰਕ ਨਾਲ ਮਨਾਉਂਦੇ ਆ ਕਿ ਨਹੀਂ ਸਾਡੇ ਕੋਲ ਇੱਕ ਓਕੇਜ਼ਨ, ਅਸੀਂ ਮਨਾਵਾਂਗੇ। ਸੋ ਵਟ ਇਜ਼ ਯੋਰ ਥੋਟ ਔਨ ਦੈਟ? ਸਭਕੋ ਕਿਸੀ ਧਰਮ ਸੇ ਰਿਲੇਟਿਡ ਨਹੀਂ ਹੈ, ਇਹ ਸਭ ਕਾ ਤਿਉਹਾਰ ਹੈ, ਤੋ ਮੇਰਾ ਮਾਨਾ ਇਹ ਹੈ ਕਿ ਸਭਕੋ ਆਪਸ ਮੇ ਮਿਲ ਕੇ ਇਹ ਤਿਉਹਾਰ ਸੈਲੀਬ੍ਰੇਟ ਕਰਨਾ ਚਾਹੀਏ। ਇਹ ਤੋ ਕਹਿਣੇ ਕੀ ਬਾਤ ਹੋਤੀ ਹੈ, ਇਹ ਜੋ ਹੈ ਮਤਲਬ ਹਿੰਦੂ ਮੁਸਲਿਮਸ ਇਹ ਸਭ ਹਮ ਅਗਰ ਆਪਣੀ ਡੇ ਟੂ ਡੇ ਲਾਈਫ ਮੇ ਦੇਖੇ ਤੋ ਹਮੇ ਇਸਕੇ ਐਗਜ਼ਾਮਪਲ ਵਿੱਚ ਮੇ ਕੋਈ ਧਰਮ ਨਹੀਂ ਆਣਾ ਚਾਹੀਏ, ਔਰ ਹਮੇ ਡੇ ਟੂ ਡੇ ਲਾਈਫ ਮੇ ਹਮੇ ਇਹ ਸਭ ਨਹੀਂ ਦੇਖਣੇ ਕੋ ਮਿਲਤਾ ਹੈ ਕਿ ਕੌਣ ਹਿੰਦੂ ਹੈ ਕੌਣ ਮੁਸਲਿਮ ਹੈ, ਸਭੀ ਮਿਲ ਜੁਲ ਕਰ ਹੀ ਰਹਤੇ ਹੈ, ਬਟ ਜਬ ਹਮ ਮੀਡੀਆ ਦੇਖਤੇ ਹੈ ਸੋਸ਼ਲ ਮੀਡੀਆ ਤੋ ਹਮੇ ਐਸਾ ਲਗਤਾ ਹੈ ਕਿ ਬਈ ਇਤਨਾ ਇਤਨਾ ਮਤਲਬ ਇਤਨੀ ਪ੍ਰੋਬਲਮਸ ਹੈ ਹਿੰਦੂ ਮੁਸਲਿਮਸ ਕੇ ਬੀਚ ਮੇ, ਬਟ ਐਸਾ ਅਗਰ ਹਮ ਜਨਰਲੀ ਦੇਖੇ ਤੋ ਐਸਾ ਕੁਛ ਨਹੀਂ ਹੈ, ਸਭ ਮਿਲ ਕਰ ਰਹਤੇ ਹੈ। ਕਮ ਫੋਰਵਰਡ ਐਂਡ ਆਪ ਸਭ ਕੋ ਜੋ ਹੈ ਹੋਲੀ ਵਿਸ਼ ਕਰ ਦੋ ਸਾਰੇ ਮਿਲ ਕੇ। ਹੈਪੀ ਹੋਲੀ, ਹੈਪੀ ਹੋਲੀ, ਹੈਪੀ ਹੋਲੀ, ਹੈਪੀ ਹੋਲੀ। ਤੁਸੀਂ ਦੇਖਿਆ ਕਿ ਬੱਚਿਆਂ ਨੂੰ ਕਰੋਨਾ ਵਾਇਰਸ ਦਾ ਕੋਈ ਡਰ ਨਹੀਂ ਆ, ਤੋ ਵੈਸੇ ਮੈਂ ਕਹਿਣਾ ਚਾਹੂੰਗੀ ਕਿ ਪਲੀਜ਼ ਸੈਨੇਟਾਈਜ਼ਰ ਰੱਖੋ ਆਪਣੇ ਕੋਲ, ਖਿਆਲ ਰੱਖੋ ਆਪਣਾ, ਅਤੇ ਹੋਲੀ ਸਿਰਫ ਆਪਣੀ ਫੈਮਿਲੀਜ਼ ਜਾਂ ਫਿਰ ਇਹਨਾਂ ਵਾਂਗ ਨੋਨ ਬੰਦਿਆਂ ਨਾਲ ਆਪਣੇ ਕਲਾਸਮੇਟਸ ਨਾਲ ਹੀ ਮਨਾਓ। ਤੁਸੀਂ ਪਿੱਛੇ ਦੇਖ ਰਹੇ ਹੋ ਕਿ ਲੋਕ ਕਿੰਨਾ ਜ਼ਿਆਦਾ ਇੰਜੋਏ ਕਰ ਰਹੇ ਆ, ਮਤਲਬ ਇਨ ਸ਼ੋਰਟ ਅਸੀਂ ਕਹਿ ਸਕਦੇ ਹਾਂ ਨਾ ਹੀ ਕੋਈ ਕਰੋਨਾ ਵਾਇਰਸ, ਨਾ ਹੀ ਕੋਈ ਧਰਮ ਦੀ ਜੋ ਹੈ ਇਹਨਾਂ ਨੂੰ ਕਿਸੇ ਚੀਜ਼ ਦਾ ਇਹ ਬੌਂਡ ਨਹੀਂ ਹੈਗੇ ਨੇ, ਆਪਣਾ ਫੈਸਟੀਵਲ ਸੈਲੀਬ੍ਰੇਟ ਕਰ ਰਹੇ ਨੇ, ਐਂਡ ਆਈ ਰੀਅਲੀ ਵਿਸ਼ ਕਿ ਤੁਸੀਂ ਵੀ ਸੈਲੀਬ੍ਰੇਟ ਕਰੋ, ਬਟ ਪਲੀਜ਼ ਬੀ ਸੇਫ, ਸੇਫ ਦੀਵਾਲੀ ਖੇਲੋ, ਸਾਰੇ ਨਾਲ ਖੇਲੋ, ਫੈਮਿਲੀ ਨਾਲ ਖੇਲੋ, ਇੱਕ ਵਾਰ ਸਾਲ 'ਚ ਇਹ ਤਿਉਹਾਰ ਆਉਂਦਾ, ਤੁਸੀਂ ਇਹਨੂੰ ਸੈਲੀਬ੍ਰੇਟ ਕਰੋ, ਐਂਡ ਇਟਸ ਅ ਹੰਬਲ ਰਿਕੁਐਸਟ ਕਿ ਪਲੀਜ਼ ਐਨੀਮਲਸ 'ਤੇ ਕਲਰ ਨਾ ਸੁੱਟੋ, ਕਿਉਂਕਿ ਉਹ ਬਹੁਤ ਯੂ ਨੋ ਬੋਲ ਨਹੀਂ ਸਕਦੇ, ਅਤੇ ਉਹਨਾਂ ਦੇ ਕਲਰਸ ਆਪਾਂ ਸੁੱਟਾਂਗੇ ਤਾਂ ਆਫਕੋਰਸ ਉਹ ਸਾਡੀ ਬੇਵਕੂਫੀ ਹੋਵੇਗੀ। ਸੈਲੀਬ੍ਰੇਟ ਕਰੋ ਆਪਣੀ ਫੈਮਿਲੀ ਦੇ ਨਾਲ, ਸੇਫ ਹੋਲੀ ਖੇਲੋ, ਐਂਡ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਸਾਡੀ ਇਹ ਸਪੈਸ਼ਲ ਹੋਲੀ ਪੇਸ਼ਕਸ਼ ਤੁਹਾਨੂੰ ਕਿੱਦਾਂ ਦੀ ਲੱਗੀ। ਕੈਮਰਾ ਪਰਸਨ ਆਨੰਦ ਦੇ ਨਾਲ ਸੋਨਾਲੀ ਨੇਗੀ, ਡੇਲੀਪੋਸਟ ਪੰਜਾਬੀ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤਾਂ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।